ਬਿਸਲੇਰੀ ਕਾਉ ਸੀਗੀ ਦੱਸੇ ਨਹੀਂ ਤੁਸੀਂ ਕਿਵੇਂ ਲੈਣੀ ਸੀ ਕਿ ਜੀ ਕੋਈ ਨਾ ਕੋ ਇਧਰ ਹੋਕਾ ਲਾ ਦਿੰਦੇ ਆ ਬਿਸਲੇਰੀ ਦੀ ਬੋਤਲ ਲੈਣੀ ਹੋਏਗੀ ਆਪ ਬੋ 2-4 ਬੋਤਲ ਲੈ ਲੈਂਦੇ ਕੀ ਤੌਰ ਤੇ ਸਕੀਮ ਹੁੰਦੀ ਸਸਤੀ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਬਿਸਲੇਰੀ ਬ੍ਰਾਂਡ ਵੀ ਕੰਝਾ ਰਿਹਾ ਜੀ ਬਿਸਲੇਰੀ ਮਤਲਬ ਕਿ ਦੇਖੋ 10 ਸਾਲ ਪਿੱਛੇ ਜਾਈਏ ਹੁਣ ਤਾਂ ਪਾਣੀ ਆਪਣਾ ਆਮ ਹੀ ਹਰ ਇੱਕ ਬੰਦਾ ਬੋਤਲ ਫੜੀ ਬੈਠਾ ਤਾਂ ਇੱਕ ਸਟੇਟਸ ਸਿੰਬਲ ਵੀ ਬਿਸਲੇਰੀ ਜੀ ਜਾਂ ਦਫਤਰਾਂ ਚ ਜਾਓਗੇ ਬਿਸਲੇਰੀ ਦੀ ਬੋਤਲ ਪਈ ਹੈ ਸਟੇਟਸ ਸਿੰਬਲਸ ਹੀ ਬਿਸਲੇਰੀ ਜੀ ਥੋੜਾ ਜਿਹਾ ਪਿੱਛੋਂ ਲੈ ਕੇ ਆਉਣੇ ਆ ਕਹਾਣੀ ਨੂੰ ਜੀ ਇੰਟਰਸਟਿੰਗ ਹੁੰਦੀਆਂ ਨੇ ਇਹ ਚੀਜ਼ਾਂ ਬਣੀ ਕਿਵੇਂ ਕਹਾਣੀ ਹੈ ਬਿਸਲੇਰੀ ਜਿਹੜੀ ਹੈ ਨਾ ਜੀ ਅਸਲ ਚ ਇਟਾਲੀਅਨ ਕੰਪਨੀ ਸੀਗੀ ਅੱਛਾ ਜੀ ਜੀ ਗੱਲ ਕੀ ਹੈ ਕਿ ਪਾਰਲੇ ਪਾਰਲੇ ਗਰੁੱਪ ਸੁਣਿਆ ਨਾ ਜੀ ਪਾਰਲੇ ਗਰੁੱਪ ਦੀ ਵੰਡ ਪਈ ਆ 1961 ਦੇ ਵਿੱਚ ਜੀ ਜੈਨਤੀ ਲਾਲ ਹੋਰਾਂ ਦੇ ਹਿੱਸੇ ਚਾਰ ਭਰਾ ਸੀਗੇ ਉਹ ਜੀ ਜੈਨਤੀ ਲਾਲ ਹੋਰਾਂ ਦੇ ਹਿੱਸੇ ਆ ਗਿਆ ਆ ਜਿਹੜਾ ਕਾਰੋਬਾਰ ਹੁੰਦਾ ਹੈ ਸੌਫਟ ਡਰਿੰਕ ਵਗੈਰਾ ਦਾ ਜੀ ਅੱਛਾ ਹੋਇਆ ਕਿ ਕਿ ਇਹ ਜਿਹੜੀ ਕੰਪਨੀ ਆਈ ਇਹ ਫਿਰ ਇਹਨਾਂ ਨੇ ਖਰੀਦ ਲਈ 1965 ਦੇ ਵਿੱਚ ਮਹਸ 5 ਲੱਖ ਚ ਕਿਉਂਕਿ ਉਸ ਟਾਈਮ ਜਿਹੜੇ ਜੈਨਤੀ ਲਾਲ ਦੇ ਸੁਪੁੱਤਰ ਸਨ ਰਮੇਸ਼ ਚੋਹਾਨ ਜੀ ਜਿਹੜੇ ਹੁਣ ਬਿਸਲੇਰੀ ਨੂੰ ਚਲਾਉਂਦੇ ਨੇ ਜੀ ਇਹ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕਰਕੇ ਉਹਨਾਂ ਟਾਈਮਾਂ 'ਚ ਆਏ ਸੀਗੇ ਜੀ ਇਹਨਾਂ ਨੇ ਮਤਲਬ ਕਿ ਇੱਕ ਥਾਟ ਜਿਹੜਾ ਸੀਗਾ ਇੱਕ ਆਈਡੀਆ ਸੀਗਾ ਜਿਹੜਾ ਉਹ ਇਹ ਲਾਇਆ ਕਿ ਆਪਾਂ ਬਈ ਇਹਨੂੰ ਸੋਡੇ 'ਚ ਲੈ ਕੇ ਆਉਨੇ ਆ ਜੀ ਇਸਲੇਰੀ ਨੂੰ ਸੋਡੇ 'ਚ ਲੈ ਕੇ ਆਵਾਂਗੇ ਜੀ ਤਾਂ ਟਾਰਗੇਟ ਤਾਂ ਇਹਨਾਂ ਦਾ ਇਹੇ ਸੀਗਾ ਗੋਲ ਇਹੇ ਸੀਗਾ ਕਿ ਇਹਨੂੰ ਅਸੀਂ ਸੋਡੇ 'ਚ ਲੈ ਕੇ ਆਵਾਂਗੇ ਪਰ ਚੱਲ ਪਿਆ ਤਾਂ ਜਾ ਕੰਮ ਹਾਲਾਂਕਿ ਉਹਨਾਂ ਦੇ ਕੋਲ ਬਹੁਤ ਵੱਡੀਆਂ ਕੋਲਡ ਡਰਿੰਕਾਂ ਸੀਗੀਆਂ ਜਿੱਦਾਂ ਤੁਸੀਂ ਆ ਦੇਖੋ ਮਾਜ਼ਾ 골ਡ ਸਪੌਟ ਹੁੰਦਾ ਸੀਗਾ ਇੱਕ ਦੋ ਹੋਰ ਇਸ ਤਰ੍ਹਾਂ ਦੇ ਬ੍ਰਾਂਡ ਸੀਗੇ ਉਹਨਾਂ ਦੇ ਕੋਲ ਫਿਰ ਉਹ ਸਾਰਾ ਕੁਝ ਕੋਕਾ ਕੋਲਾ ਨੇ ਖਰੀਦ ਲਿਆ ਤੁਹਾਨੂੰ ਪਤਾ ਹੀ ਹੈ ਅੱਛਾ ਜੀ ਇਹ ਕੋਕਾ ਹਾਂ ਜੀ ਇਹ ਮਾਜ਼ਾ ਬ੍ਰਾਂਡ ਵੀ ਉਹਨਾਂ ਦੇ ਕੋਲ ਸੀਗਾ ਜੀ ਸੌਫਟ ਡਰਿੰਕ ਦਾ ਹਾਂ ਉਹ ਟੱਕਣੀ ਤੇ ਲਿਖਿਆ ਹੁੰਦਾ ਇਹ ਪ੍ਰੋਡਕਟ ਬਾਈ ਪੈਪਸੀ ਕੋ ਸ਼ਾਇਦ ਕੁਝ ਹਾਂ ਜੀ ਹਾਂ ਜੀ ਪਹਿਲਾਂ ਪਾਰਲੇ ਸੀਗਾ ਪਾਰਲੇ ਸੀਗਾ ਮਤਲਬ ਕਿ ਇਹਨਾਂ ਦਾ ਇਹਨਾਂ ਦੇ ਗਰੁੱਪ ਦਾ ਸੀਗਾ ਤੋਂ ਉਹ ਉਹ ਮਤਲਬ ਕਿ ਵਿਕ ਗਿਆ ਬਾਅਦ ਦੇ ਵਿੱਚ ਫਿਰ ਇਹ ਪਾਣੀ ਤੇ ਹੀ ਰਹਿ ਕੇ ਨਿਰਭਰ ਪਰਮੇਸ਼ਵਰਾਨ ਜੀ ਅੱਛਾ ਜੀ ਪਾਣੀ ਇਹਨਾਂ ਨੇ ਕਿਹਾ ਵੇਚਿਆ ਕਿਹਾ ਵੇਚਿਆ ਪਾਣੀ ਜੀ ਪਾਣੀ ਦੀ ਕਹਾਣੀ ਇਹ ਆ ਕਿ ਅੱਜ ਜੇ ਤੁਸੀਂ ਦੇਖੋਗੇ ਤੇ 2 ਕਰੋੜ ਲੀਟਰ ਡੇਲੀ ਪੈਕ ਕਰਦੇ ਨੇ ਇਹ ਅੱਛਾ ਜੀ ਔਰ 2023 ਤੱਕ ਇਹਨਾਂ ਦਾ ਜਿਹੜਾ ਟਰਨਓਵਰ ਹੋਏਗਾ 500 ਕਰੋੜ ਦਾ ਹੋਏਗਾ ਉਹ 2500 ਕਰੋੜ ਦਾ ਸਾਬ ਲਾਲੋ ਜਿੰਨੀ ਵੀ ਸਾਡੇ ਇੱਥੇ ਬੋਤਲਬੰਦ ਪਾਣੀ ਦੀ ਇੰਡਸਟਰੀ ਉਹ ਤਾਂ 40% ਕੱਲਾ ਇਹੀ ਹੁੰਜੀ ਫਿਰਦੇ ਆ ਕੱਲਾ ਬਸਲੇਰੀ ਵਾਲੇ ਬਾਕੀ ਸਾਰੀਆਂ 60% ਰਹਿ ਗਏ ਕੰਪਨੀ ਬਾਕੀ 60% ਰਹਿ ਗਿਆ ਕਿੰਨਲੇ ਵਗੈਰਾ ਜਨੀਆਂ ਵੀ ਨੇ ਹੁਣ ਹਾਲਾ ਕਿ ਕਿੰਨਲੇ ਬਹੁਤ ਨਿਕਲਿਆ ਜੀ ਉਹਨਾਂ ਦਾ ਬਿਜ਼ਨਸ ਬਹੁਤ ਨਿਕਲਿਆ ਜੀ ਪਰ ਬਸਲੇਰੀ ਨੂੰ ਮਤਲਬ ਕਿ ਬ੍ਰਾਂਡ ਬਣਾਉਣ ਦੇ ਵਿੱਚ ਤੁਸੀਂ ਉਹਨਾਂ ਦੀ ਐਡਾਂ ਦੇਖੋ ਦੇਖੀਏ ਕਦੇ ਐਡ ਨਹੀਂ ਮੈਂ ਜ਼ਰਾ ਧਿਆਨ ਨਹੀਂ ਰੇਗਿਸਤਾਨ ਝੂਠ ਹੋਣਗੇ ਤੇ ਮਤਲਬ ਕਿ ਪਿਆਸ ਲੱਗੀ ਆ ਤਾਂ ਉਹ ਮਤਲਬ ਕਿ ਉੱਥੇ ਹੀ ਬੰਦਾ ਕਹਿੰਦਾ ਹਾਏ ਬਿਸਲੇਰੀ ਮਿਲ ਜਾਵੇ ਮਤਲਬ ਕਿ ਇਹਦੇ ਟੰਗ ਦੇ ਨਾਲ ਉਹਦੀ ਇਹਨਾਂ ਨੇ ਬ੍ਰਾਂਡਿੰਗ ਕੀਤੀ ਹੈਰਾਨਗੀ ਹੁੰਦੀ ਹੈ ਕਿ ਬਿਸਲੇਰੀ ਨੂੰ ਕਿੱਥੋਂ ਕਿੱਥੇ ਲੈ ਗਏ ਜੀ ਤਾਂ ਅੱਜ ਦੀ ਤਰੀਕ ਦੇ ਵਿੱਚ 200 ਤੋਂ ਉੱਤੇ ਇਹਨਾਂ ਦੇ ਪਲਾਂਟ ਨੇ 4500 ਤੋਂ ਉੱਤੇ ਵੱਡੇ ਡਿਸਟ੍ਰੀਬਿਊਟਰ ਨੇ ਤਾਂ ਹੁਣ चौहान ਸਾਹਿਬ ਕਹਿੰਦੇ ਕਿ ਮੇਰੀ ਬੇਟੀ ਹੈ ਜਿਹੜੀ ਜੈਨਤੀ ਜੀ ਬਈ ਉਹਦੀ ਕੋਈ ਰੁਚੀ ਨਹੀਂ ਬਿਜ਼ਨਸ ਦੇ ਵਿੱਚ ਜੀ ਅਸਲ ਦੇ ਵਿੱਚ ਉਹ ਕਹਿ ਲਓ ਕਿ ਦੂਸਰੇ ਪਾਸੇ ਰੁਚੀ ਰੱਖਦੀ ਆ ਵੈਸੇ ਉਹਨੇ ਵੀ ਬਿਸਲੇਰੀ ਚ ਕੰਮ ਕੀਤਾ ਅੱਛਾ ਕੰਮ ਕੀਤਾ ਜੀ ਬੇਟੀ ਨੇ ਬੇਟੀ ਇਹਨਾਂ ਦੀ ਜੀ ਪਰ ਉਹ ਕਹਿੰਦੀ ਕਿ ਮੈਂ ਨਹੀਂ ਚਲਾਉਣਾ ਇਹ ਇੱਕੋ ਇੱਕ ਬੇਟੀ ਆ ਚੌਹਾਨ ਸਾਹਿਬ ਕਹਿੰਦੇ ਇੱਕ ਬੇਟੀ ਆ ਜੇ ਉਹ ਨਹੀਂ ਬਿਜ਼ਨਸ ਚਲਾਉਣਾ ਚਾਹੁੰਦੀ ਮੈਂ ਥੋੜੀ ਥੋਪੂਗਾ ਬਸ ਠੀਕ ਆ ਵੇਚ ਰਹੇ ਉਹ ਕਹਿੰਦੇ ਕਿ ਆਪਾਂ ਵੇਚਾਂਗੇ ਟਾਟਾ ਨੂੰ ਆਫਰਾਂ ਤੇ ਬਹੁਤ ਨੇ 7000 ਕਰੋੜ ਚ ਸ਼ਾਇਦ ਡੀਲ ਡਨ ਹੋ ਜਾਏਗੀ ਉਹ ਕਹਿੰਦੇ ਕਿ ਟਾਟਾ ਇੱਕ ਸਵਦੇਸ਼ੀ ਇੱਕ ਇਮਾਨਦਾਰ ਗਰੁੱਪ ਤੇ ਜਿਨ੍ਹਾਂ ਨੂੰ ਜ਼ਿੰਦਗੀ ਦੀਆਂ ਵੈਲਿਊਜ਼ ਦਾ ਪਤਾ ਹੈ ਆਪਾਂ ਇਹਨਾਂ ਨੂੰ ਦੇਣਾ ਹੈ ਹੁਣ ਹਾਲਾਂਕਿ ਕਦੋਂ ਡੀਲ ਡਨ ਹੁੰਦੀ ਹੈ ਪਤਾ ਨਹੀਂ ਹੈ ਪਰ ਇੱਕ ਚੀਜ਼ ਇਹਦੇ ਵਿੱਚ ਵੇਖਣ ਵਾਲੀ ਹੈ ਕਿ ਇੱਕ ਬਾਪ ਨੇ ਸਮਝਦਾਰ ਬਾਪ ਨੇ ਥੋਪਿਆ ਨਹੀਂ ਫੈਸਲਾ ਆਪਣੀ ਬੇਟੀ ਤੇ ਜਿਹੜੀ ਸੰਸਾਰਾ ਸਲਟਾ ਇੱਧਰ ਆ ਜਾ ਵੀ ਆਉਣਾ ਹੀ ਆਉਣਾ ਹੈ ਜੀ ਅਸੀਂ ਕੰਨ ਤੇ ਮਾਰ ਮਾਰ ਚਪੇੜਾ ਬੱਚੇ ਨੂੰ ਕਹਿੰਦੇ ਤੂੰ ਆਹ ਕੰਮ ਕਰ ਓਏ ਆਹ ਕਰਨਾ ਹੀ ਕਰਨਾ ਇਨੇ ਨੰਬਰ ਲੈ ਕੇ ਆ ਇਹ ਹੁੰਦੀ ਹੈ ਸਮਝਾ ਨ ਕਹੇ ਕਿ ਨਹੀਂ ਰੁਚੀ ਉਹਦੀ ਰੁਚੀ ਆ ਆਰਟ ਦੇ ਵਿੱਚ ਉਹਦੀ ਰੁਚੀ ਆ ਟਰੈਵਲਿੰਗ ਦੇ ਵਿੱਚ ਉਹਦੀ ਰੁਚੀ ਆ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਉਹ ਆਪਣਾ ਕੰਮ ਕਰੇ ਤੇ ਇਹ ਜਿਹੜਾ ਕੰਮ ਹੈ ਬਿਜ਼ਨਸ ਹੈਗਾ ਸੇਲ ਦਾ ਹਸੁਰ ਜੀ ਸੇਲ ਦੀ ਕਲਾ ਨਹੀਂ ਹੈ ਤੁਹਾਡੇ ਕੋਲ ਸੇਲ ਚੁੱਕਾ ਟਾਈਮ ਨਹੀਂ ਕੀ ਕਰੋਗੇ ਬਿਜ਼ਨਸ ਤਾਂ ਸੇਲ ਦੇ ਨਾਲ ਚੱਲਣਾ ਹੈ ਨਾ ਤੇ ਜੇ ਤੁਹਾਡੀ ਰੁਚੀ ਨਹੀਂ ਹੈ ਸੇਲ ਦੇ ਵਿੱਚ ਤਾਂ ਬਸ ਫਿਰ ਉਹ ਕੰਮ ਤੁਹਾਡਾ ਜਿਹੜਾ ਠੱਪ ਹੋ ਜਾਏਗਾ ਤੇ ਸੇਲ ਇੱਕ ਕਲਾ ਹੈ ਸੇਲ ਦੀ ਕਲਾ ਦਾ ਤੁਹਾਨੂੰ ਨਮੂਨਾ ਦੱਸਦਾ ਗੱਲ ਚੇਤੇ ਆ ਗਈ ਸੁਣਾ ਦੇਵਾਂ ਹੁਣ ਦਿਓ ਜੀ ਹੁਣ ਦਿਓ ਘੜੀ ਦੇਖ ਲਓ ਕੋਈ ਗੱਲ ਨਹੀਂ ਨਵੇਂੜ ਦੇ ਕੰਮ ਖਿੱਚਦੇ ਹੋ ਅੱਛਾ ਕਿਸੇ ਨੇ ਐਡ ਦਿੱਤੀ ਕਿ MBA ਨੌਕਰ ਚਾਹੀਦੇ ਆ ਉਹਦੇ 7 ਡਿਪਾਰਟਮੈਂਟਲ ਸਟੋਰ ਕਰ ਲੋ ਹੈਗੇ ਸੀਗੇ ਬੰਦੇ 7 ਸਟੋਰਾਂ ਵਾਸਤੇ ਜੀ ਇੱਕ ਬੰਦਾ ਆਇਆ ਤੁਹਾਡੇ ਵਰਗਾ ਮੁਸ਼ਾ ਮੁਸ਼ਾਰਕ ਆਣੀਆਂ ਮੈਂ ਉਹਨੇ ਆ ਕੇ ਆਪਣਾ ਬਾਇਓ ਡਾਟਾ ਦਿੱਤਾ ਕਿ ਜੀ ਮੈਂ ਪਲੱਸ 2 ਪੜਿਆ ਆ ਚੱਕੋ ਜੀ ਫੜੋ ਜੀ ਮੇਰੇ ਵਰਗਾ ਆਧਾ ਬੜਿਆ ਜਾ ਕਹਿੰਦਾ ਜੀ ਪਲੱਸ 2 ਆ ਜੀ ਉਹ ਕਹਿੰਦੇ ਤੂੰ ਸਾਡੀ ਐਡ ਅਚੀ ਤਰੀਕੇ ਨਾਲ ਪੜ੍ਹੀ ਨਹੀਂ ਲੱਗਦਾ ਕਾਕੇ ਇਥੇ ਐਮਬੀਏ ਦੀ ਜ਼ਰੂਰਤ ਹੈ ਨਾ ਕਿ ਪਲੱਸ 2 ਵਾਲੇ ਦੀ ਉਹ ਕਹਿੰਦਾ ਯਾਰ ਤੁਸੀਂ ਮਾਲ ਵੇਚਣਾ ਕਿ ਮੇਰੀ ਡਿਗਰੀ ਵੇਚਣੀ ਹੈ ਕਹਿੰਦਾ ਯਾਰ ਪੰਥਾ ਬੜਾ ਤਿੱਖਾ ਹੈ ਤਾਂ ਬਲਾ ਹੀ ਆ ਮੇਰੀ ਜੀ ਉਹਨੇ ਠੀਕ ਹੈ ਪਰ ਮੀਨਾ ਇੱਕਿਆ ਫੇਉਂ ਤੋਂ ਬਾਅਦ ਵੇਖਾਂਗੇ अच्छा सात स्टोर ਸੀ ਸੱਤਾ ਚੋਨੇ ਇੱਕ ਚ ਕੱਲ ਦਿੱਤਾ ਵੀ ਚਲ ਭਾਈ 15 ਦਿਨਾਂ ਬਾਅਦ ਉਹਦਾ ਰਿਵਿਊ ਹੁੰਦਾ ਸੀ ਸਾਰੇ ਸਟੋਰਾਂ ਦਾ ਜੋ ਵੀ ਮਤਲਬ ਕਿ ਰਕਮ ਵਗੈਰਾ ਜੋ ਵੀ ਹੈ ਨਾ ਵਟਤ ਉਹਦਾ ਹਿਸਾਬ ਕਿਤਾਬ ਹੁੰਦਾ ਉਹਦੇ ਤੇ ਮਤਲਬ ਕਿ ਦੁਬਾਰਾ ਸਾਰਾ ਬੈਠਦੇ ਸਾਰੇ ਹਿਸਾਬ ਕਿਤਾਬ ਤੇ ਕਿੱਥੋਂ ਘਟਾ ਕਿੱਥੋਂ ਆਏ ਇਹ ਸਾਰੀ ਜੋ ਕਲੈਕਸ਼ਨ ਹੁੰਦੀ ਉਹਨੇ ਜਦੋਂ ਵੇਖਿਆ ਕਿ ਜਿੱਥੇ ਉਹ ਮੁੰਡਾ ਕੱਲਿਆ ਸੀ ਰੁੱਤਾ ਚੜ ਗਈ ਸੇਲ ਤਾਂ ਦੀ ਤਾਂ ਉਹਨੇ ਕਿਹਾ ਕਮਾਲ ਹੋ ਗਈ ਉਹਨੇ ਆ ਯਾਰ ਜਾ ਕੇ ਵੇਖੀ ਚੱਕਰ ਕਰਦਾ ਉਹਨੇ ਟੈਲੀਫੋਨ ਵੀ ਲਾਇਆ ਉਹਨੇ ਹ ਮੈਨੇਜਰ ਸਾਹਿਬ ਕਿਵੇਂ ਤੁਹਾਡੀ ਸੇਲ ਬੜੀ ਤਾਂ ਗਈ ਉਹ ਕਹਿੰਦੇ ਜਿਹੜੀ ਆ ਬਲਾ ਭੇਜੀ ਜੇ ਨਾ ਪੇਲੀ ਤੁਰਿਆਉ ਦਾ ਪੇਲੀ ਤੁਰਿਆਉ ਦਾ ਸਮਾਨ ਲੋਕਾਂ ਨੂੰ ਉਹਨੇ ਕਹਿਆ ਯਾਰ ਬੰਦਾ ਪਲੱਸ 2 ਕਲਾਈ ਦੇ ਚ ਕੀ ਆ ਉਹਨੇ ਜਾ ਕੇ ਵੇਖਿਆ ਕੋਈ ਗੋਰਾ ਉਸ ਟਾਈਮ ਨਾ ਉਥੇ ਗਾਹਕ ਖੜਾ ਸੀਗਾ ਉਹ ਵੇਚ ਰਿਹਾ ਸੀਗਾ ਮੱਛੀ ਵਾਲਾ ਜਿਹੜਾ ਹੁੰਦਾ ਨਹੀਂ ਉਹ ਲਾਉਨੇ ਆਪਾਂ ਕੁੰਡੀ ਜੀ ਉਹ ਲਾ ਰਿਹਾ ਹੈ ਉਹਨੂੰ ਮਤਲਬ ਕਿ ਸਮਾਨ ਦੇ ਤੌਰ ਤੇ ਲਾ ਰਿਹਾ ਸੀਗਾ ਕਿ ਆ ਦੇਖੋ ਜੀ ਇਹ 4 ਕੁ 100 ਰੁਪਏ ਦੀ ਆ ਕਿ ਮੱਛੀ ਮੱਛੀ ਤੇ ਇਹਨੂੰ ਵੇਖ ਕੇ ਆਪੇ ਉਹਦਾ ਜੀ ਕਰਦਾ ਕਿ ਵਿੱਚ ਫਸ ਜਾਵਾਂ ਜਾ ਕੇ ਉਹਨੇ ਕਿਹਾ ਦੇ ਦੇ ਭਾਈ ਉਹ ਤੁਰਨ ਲੱਗਾ ਉਹ ਕਹਿੰਦਾ ਰੁਕੋ ਸਾਰਾ ਹੁਣ ਮੱਛੀ ਤੇ ਲੈ ਚਲੇ ਜੇ ਆਟਾ ਕਿੱਥੋਂ ਲਓਗੇ ਸਾਡੇ ਕੋਲ ਆਟਾ ਇਹੋ ਜਿਹਾ ਖੁਸ਼ਬੂਦਾਰ ਹੈ ਮੱਛੀ ਮਤਲਬ ਕਿ ਅਟਕੇ ਲੀਆਂ ਮਾਰਦੀ ਆਉਂਦੀ ਹੈ ਵੀ ਆਟਾ ਖਾਣਾ ਹੀ ਖਾਣਾ ਹੈ ਓਹੀ ਹੈ ਨਾ ਜੇ ਖਾਣਾ ਤਾਂ ਤਮ ਉਹ ਫਸ ਕੇ ਵੀ ਦੱਸੇ ਕਿ ਮੱਛੀਆਂ ਨੂੰ ਕਿ ਆਟਾ ਖਾਣ ਇੱਥੇ ਆਇਓ ਉਹਨੇ ਯਾਰ ਬੰਦਾ ਹੀ ਬੜਾ ਦਾ ਕਲਾਕਾਰ ਹੈ ਉਹਨੇ ਬੁੱਤਰ ਦੇ ਦੇ थैਲੀ ਕੀ ਕਿੰਨੇ ਦੀ ਹੈ ਉਹ ਕਹਿੰਦਾ ਜੀ ਉਹ 600 ਦੀ ਉਹ ਆ ਨਾਲ ਹੀ ਲੈ ਜਾ ਉਹ ਤੁਰ ਲਗਾ ਪੈਰਾਂ ਰੁਕ ਰੁਕ ਸਾਰਾ ਕਿੱਡੇ ਸੋਹਣੇ ਬੂਟ ਬਾ ਰੱਖਿਆ ਯਾਰ ਸਾਰੇ ਬੂਟ ਖਰਾਬ ਹੋ ਜਾਣਗੇ ਤੁਹਾਡੇ ਪਾਣੀ ਚ ਉਤੇ ਇਧਰ ਉਧਰ ਚਾਓਗੇ ਉਹ ਕਹਿੰਦਾ ਸਾਡੇ ਕੋਲ ਰਬੜ ਦੇ ਸ਼ੂਜ਼ ਹੈ ਕਹਿੰਦਾ ਉਹ ਵੀ ਬੰਨ ਦੇ ਭਰਾਵਾ ਬੰਦਾ ਤੂੰ ਬਹੁਤ ਵਧੀਆ ਤੁਰ ਲਗਾ ਕਹਿੰਦਾ ਰੁਕ ਰੁਕੋ ਸਰ ਮੇਨ ਗੱਲ ਤਾਂ ਰਹਿ ਗਈ ਉਹ ਕਹਿੰਦਾ ਹੁਣ ਕੀ ਰਹਿ ਗਿਆ ਕਹਿੰਦਾ ਏਡੀ ਚਮੜੀ ਦਾ ਰੰਗ ਵਧੀਆ ਏ ਯਾਰ ਵੀ ਧੁੱਪ ਚ ਕਾਲਾ ਹੋ ਜਾਣਾ ਛਤਰੀ ਆ ਸਾਡੇ ਕੋਲ ਸਿਰੇ ਦੀ ਵਿਆਹਨ ਛਤਰੀ ਲਾ ਕੇ ਕੁੰਡੀ ਪਾਇਓ ਕੁੰਡੀ ਪਾਇਓ ਨਿਆਰੇ ਨਾਲ ਮੱਛੀ ਦਾ ਕੀ ਪਤਾ ਕਦੋਂ ਆਉਣਾ ਉਹਨੇ ਮੱਛੀ ਨੂੰ ਕੋਈ ਟਾਈਮ ਥੋੜਾ ਬੱਸਾਂ ਨੂੰ ਰੱਖਿਆ ਵੀ ਇਸ ਟਾਈਮ ਤੇ ਆਉਣਾ ਹੀ ਆਉਣਾ ਉਹ ਕਹਿੰਦਾ ਯਾਰ ਬੜਾ ਕਲਾਕਾਰ ਆਦਮੀ ਆ ਤੁਰ ਲਗਾ ਉਹ ਕਹਿੰਦਾ 1 ਮਿੰਟ 1 ਮਿੰਟ ਲਾਸਟ ਗੱਲ ਸੁਣ ਲੋ ਸਰ ਗੱਲੇ ਆ ਕਿ ਮੱਛੀ ਦਾ ਜਦੋਂ ਕੋਈ ਟਾਈਮ ਟੇਬਲ ਹੀ ਆ ਨਹੀਂ ਤੇ ਤੁਹਾਨੂੰ ਲੱਗੀ ਭੁੱਖ ਤੇ ਤੁਸੀਂ ਕੁੰਡੀ ਛੱਡ ਕੇ ਇੱਥੇ ਇਧਰ ਨੂੰ ਭਜੋਗੇ ਤਰ੍ਹਾਂ ਤਰ੍ਹਾਂ ਦੇ ਆਪਣੇ ਕੋਲ ਸਮਾਨ ਪੈਨੇ ਬਿਸਕਟ ਪਿਆ ਆ ਪਿਆ ਫਲਾਂ ਪਿਆ ਕੋਈ ਖਾਣ ਲਈ ਲੈਂਦੇ ਚੱਲੋ ਜਦੋਂ ਭਾਈ ਉਹ ਖਾਣਾ ਵੀ ਠੀਕ ਆ ਮੰਨਤਾ ਵੀ ਅੱਡੀ ਪੋਟਲੀ ਗੋਰੇ ਦੇ ਸਿਰ ਤੇ ਰੱਖਾਤੀ ਆ ਨੇ ਵਿਆਹ ਚੱਕ ਜਦੋਂ ਤੁਰ ਲਗਾ ਫਿਰ ਰੁਕ ਰੁਕ ਐਕਸਕਿਊਜ਼ ਮੀ ਸਰ ਉਹ ਜਿਹੜਾ ਉਹਦਾ ਪਿੱਛੇ ਬੈਠਾ ਸੀ ਨਾ ਮਾਲਕ ਲੁੱਕ ਕੇ ਉਹਨੇ ਮੋਢੇ ਤੇ ਹੱਥ ਮਾਰਿਆ ਕਹਿੰਦਾ ਜਾਣਦੇ ਨੂੰ ਭਰਾਵਾ ਜਾਣਦੇ ਜਾਣਦੇ ਕਹਿੰਦਾ ਮੈਂ ਤਾਂ ਕੌਤਕ ਵੇਖ ਕੇ ਤੇਰਾ ਰਾਹ ਨਿਆ ਉਹ ਗੋਰਾ ਕੁੰਡੀ ਲੈਣ ਆਇਆ ਤੂੰ ਉਹਦੇ ਨਾਲ 3-4000 ਦਾ ਸਾਮਾਨ ਹੋਰ ਮੜ ਦਿੱਤਾ ਕਮਾਲ ਦੀ ਉਹ ਕਹਿੰਦਾ ਸਰ ਕਿੰਨੇ ਕਿਹਾ ਤੁਹਾਨੂੰ ਇਹ ਕੁੰਡੀ ਲੈਣਾ ਹੈ ਤੇ ਅਖਬਾਰ ਲੈਣ ਆਇਆ ਸੀਗਾ ਕੁੰਡੀ ਤਾਂ ਮੈਂ ਪਾਈ ਆ ਇਹ ਤੇ ਅਖਬਾਰ ਲੈਣਾ ਸੀ ਸੋ ਸੇਲਸਮੈਨ ਦੀ ਕਲਾ ਇਦਾਂ ਦੀ ਹੁੰਦੀ ਹੈ ਜੀ 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 ਬਿਲਕੁਲ ਅਖਬਾਰ ਲੈਣ ਨਾਲ ਇਹਨੂੰ ਕੁੰਡੀ ਪਾਖ ਅਖਬਾਰ ਲੈਣ ਨਾਲ ਇਹਨੂੰ 2 ਰੁਪਏ ਦਾ ਅਖਬਾਰ ਹੋਏਗਾ ਉਹਨੇ 4000 ਦਾ ਸਮਾਨ ਵੇਚ ਦਿੱਤਾ ਤਾਂ ਸੇਲ ਲਈ ਤੁਹਾਡੇ ਕੋਲ ਸਮਾਂ ਨਹੀਂ ਹੋਵੇ ਤਾਂ ਜੇ ਰੁਚੀ ਨਾ ਹੋਵੇ ਤਾਂ ਫਿਰ ਫਿਰ ਪ੍ਰੋਡਕਟ ਤੁਹਾਡਾ ਪਿਟੇਗਾ ਹੀ ਪਿਟੇਗਾ ਬਿਜ਼ਨਸ ਤੁਹਾਡਾ ਪਿਟੇਗਾ ਹੀ ਜੀ ਜੀ ਜੀ